ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਜੀ ਆਪਾਂ ਆਪਣਾ ਬਲੌਗ ਸ਼ੁਰੂ ਕੀਤਾ ਸਵੇਰੇ 9:30 ਵੇ ਤੋਂ ਤੇ ਆ ਆਪਾਂ ਸਬਜ਼ੀਆਂ ਲਿਆ ਕੇ ਰੱਖੀਆਂ ਸੀ ਰਾਤੀ ਮੰਡੀੋਂ ਤੇ ਆਨਾਂ ਨੂੰ ਮੈਂ ਟੋਕਰੀ ਦੇ ਵਿੱਚ ਪਾ ਲਿਆ ਸਬਜ਼ੀਆਂ ਨੂੰ ਤੇ ਧੋਪ ਅੱਜ ਸਵੇਰੇ ਸਵੇਰ ਇੰਨੀ ਸੋਹਣੀ ਚੜੀ ਹੋਈ ਹੈ ਨਾ ਤੇਜਮ ਤੇਜ ਤੇ ਅੱਜ ਸਵੇਰੇ ਸਵੇਰੇ ਹਵਾ ਵੀ ਹੈਣੀਗੀ ਤੇ ਧੁੰਦ ਵੀ ਨਹੀਂ ਐ ਤੇ ਬਹੁਤ ਸੋਹਣੀ ਧੁੱਪ ਚੜੀ ਹੋਈ ਐ ਤੇ ਜਗਦਮ ਗਰਮੀ ਵੀ ਲੱਗਣ ਲੱਗ ਗਈ ਸੀ ਮੈਨੂੰ ਤੇ ਹੁਣ ਮੈਂ ਜਿਹੜੀ ਸਬਜ਼ੀਆਂ ਫ੍ਰਿਜ 'ਚ ਰੱਖਣੀਆਂ ਨੇ ਉਹ ਮੈਂ ਫ੍ਰਿਜ ਦੀ ਟੋਕਰੀ 'ਚ ਪਾਤੀ ਐ ਟਮਾਟਰ ਵਗੈਰਾ ਤੇ ਹਲੇ ਚਾਹ ਵੀ ਨਹੀਂ ਪੀਤੀ ਮੈਂ ਸਵੇਰ ਦੀ ਜਿਹੜੀ ਆਪਾਂ ਮਾਰਨਿੰਗ ਦੀ ਚਾਹ ਤੇ ਹੁਣ ਮੈਂ ਆਪਣੀ ਚਾਹ ਲੈ ਜਾਾਂਗੀ ਕੋਠੇ ਤੇ ਤੇ ਆਪਾਂ ਹੁਣ ਸਵੇਰ ਦੇ ਕੰਮ ਸ਼ੁਰੂ ਕਰਦੇ ਹਾਂ ਤੇ ਸਬਜ਼ੀਆਂ ਵੀ ਲੈ ਕੇ ਆ ਗਈਆਂ ਜੀ ਮੈਂ ਕੋਠੇ ਤੇ ਤੇ ਆਪ ਤੁਸੀਂ ਵੇਖ ਸਕਦੇ ਹੋ ਧੁੱਪ ਕਿੰਨੀ ਤੇਜ਼ ਹੈ ਤੇ ਆ ਹੈਗੀ ਜੀ ਤਰਪਾਲ ਗੱਡੀ ਦੇ ਪਾਈ ਹੋਈ ਸੀ ਜਦੋਂ ਮੀਂਹ ਪਿਆ ਰਿਹਾ ਸੀਗਾ ਤੇ ਆ ਗਿੱਲੀ ਹੋ ਗਈ ਸੀ ਤੇ ਆ ਵੀ ਫਿਰ ਮੈਂ ਨਾ ਕੋਠੇ ਤੇ ਥੱਲੇ ਵਿਛਾਤੀ ਆ ਵੀ ਸੁੱਕ ਜੂਗੀ ਫਿਰ ਇਹਨੂੰ ਚੰਗੀ ਤਰ੍ਹਾਂ ਪੈਕ ਕਰਕੇ ਰੱਖ ਦਾਂਗੇ ਤੇ ਆ ਵੇਖੋ ਮੌਸਮ ਇੰਨਾ ਵਧੀਆ ਕਿੰਨੀ ਤੇਜ਼ ਧੁੱਪ ਹੈ ਤੇ ਆ ਸਬਜ਼ੀਆਂ ਲੈ ਕੇ ਮੈਂ ਕੋਠੇ ਤੇ ਆ ਗਈਆਂ ਕਿ ਮੈਂ ਕੱਪਾ ਲੈਣਾ ਆਪਾਂ ਸਬਜ਼ੀਆਂ ਤੋਂ ਸ਼ੁਰੂਆਤ ਕਰਦੇ ਹਾਂ ਕੰਮ ਦੀ ਤੇ ਪਹਿਲਾਂ ਮੈਂ ਸਾਰੀਆਂ ਸਬਜ਼ੀਆਂ ਕੱਟ-ਕੁੱਟ ਕੇ ਰੱਖ ਲਾਂਗੀ ਆ ਮੂੜੀਆਂ ਦੇ ਪੱਤੇ ਲਾ ਕੇ ਛੁੱਟ ਦਾਂਗੇ ਆਪਾਂ ਤੇ ਮਿੱਥੇ ਵਗੈਰਾ ਸਾਫ਼ ਕਰ ਲਾਂਗੇ ਫਿਰ ਇੱਕੋ ਵਾਰੀ ਸਾਰੀਆਂ ਸਬਜ਼ੀਆਂ ਵਗੈਰਾ ਕੱਟੀਆਂ ਜਾਣਗੀਆਂ ਤਾਂ ਖਲੈਰਾ ਵੀ ਚੱਕਿਆ ਜਾਏਗਾ ਸਾਰਾ ਫਿਰ ਕੂੜਾ ਇਕੱਠਾ ਕਰ ਦਾਂਗੀ ਮੈਂ ਇੱਕੋ ਜਗ੍ਹਾ ਤੇ ਸੁੱਟ ਦਾਂਗੇ ਫਿਰ ਤੇ ਆਹ ਲੋ ਜੀ ਆਪਾਂ ਸਬਜ਼ੀਆਂ ਕੱਟ ਲਈਆਂ ਇੱਕ ਆਪਾਂ ਬਣਾਵਾਂਗੇ ਦੁਪਹਿਰ ਵਾਸਤੇ ਸਬਜ਼ੀ ਮਟਰ ਆਪਾਂ ਕੱਢ ਕੇ ਰੱਖ ਲੈਨੇ ਹਰਾ ਧਨੀਆ ਵੀ ਕੱਟ ਕੇ ਰੱਖ ਲਿਆ ਟੋਕਰੀ 'ਚ ਤੇ ਮੇਥੇ ਸੀਗੇ ਉਹ ਵੀ ਕੱਟ ਕੇ ਰੱਖ ਲੈਨੇ ਤੇ ਮੂੜੀਆਂ ਦੇ ਪੱਤੇ ਵਗੈਰਾ ਤੋੜਦੇ ਨੇ ਤੇ ਸਬਜ਼ੀਆਂ ਦਾ ਆਪਣਾ ਕੰਮ ਨਿਭੜ ਗਿਆ ਹੁਣ ਮੈਂ ਫ੍ਰਿਜ 'ਚ ਰੱਖ ਦਾਂਗੀ ਸੈੱਟ ਕਰਕੇ ਸਬਜ਼ੀਆਂ ਨੂੰ ਢੱਕ ਕੇ ਜੀ ਮੈਂ ਜਿਵੇਂ ਫਿਰ ਫਲੀਆਂ ਵਗੈਰਾ ਵੀ ਕਟੀਆਂ ਪਈਆਂ ਨੇ ਤੇ ਜਿਵੇਂ ਜਿਵੇਂ ਬਣਾਣੀਆਂ ਹੋਣਗੀਆਂ ਫਿਰ ਕੱਢ ਕੇ ਆਪਾਂ ਬਣਾਈ ਚੱਲਾਂਗੇ ਧੋ ਕੇ ਤੇ ਤੋਂ ਬਹੁਤ ਹੀ ਜ਼ਰਾ ਐਨ ਵਧੀਆ ਚੜੀ ਹੈ ਹਵਾ ਪੂਰਾ ਨਹੀਂ ਹੈਗੀ ਹਲੇ ਦਾ ਦੁਪਹਿਰ ਤੋਂ ਬਾਅਦ ਫਿਰ ਹਵਾ ਚੱਲਣ ਲੱਗ ਗਈ ਸੀ ਪਰ ਫਿਰ ਵੀ ਕੋਈ ਇੰਨੀ ਜ਼ਰਾ ਠੰਡ ਨਹੀਂ ਲੱਗਦੀ ਵੀ ਜਿਵੇਂ ਕਿ ਤੋਂਪੂ ਪੂਰੀ ਸੀਗੀ ਤੇਜ ਤੇ ਹਾਤਰਪਾਲ ਵੀ ਆਪਣੀ ਸੁੱਕ ਗਈ ਐ ਐਨੂੰ ਹੁਣ ਜੀ ਮੈਂ ਤੈ ਲਗਾ ਕੇ ਨਾ ਤੇ ਰੱਖ ਦਾਂਗੀ ਕਿਸੇ ਕਪੜੇ ਦੇ ਵਿੱਚ ਲਪੇਟ ਕੇ ਤੇ ਸਬਜ਼ੀਆਂ ਨੂੰ ਵੀ ਹੁਣ ਲੈ ਕੇ ਚੱਲਾਂਗੀ ਥੱਲੇ ਫਿਰ ਆਪਾਂ ਕਰਾਂਗੇ ਸਾਰੇ ਕੰਮ ਜਿਹੜੇ ਆਪਣੇ ਰੁਟੀਨ ਦੇ ਕੰਮ ਹੁੰਦੇ ਨੇ ਤਿਆਤਰ ਪਾਲ ਨੂੰ ਨਾ ਮੈਂ ਥੋੜਾ ਥੋੜਾ ਮਿੱਟੀ ਜੀ ਲੱਗੀ ਹੋਈ ਸੀ ਮੈਂ ਇਹਨੂੰ ਪੂੰਝਦੀ ਫੀ ਸੀਗੀ ਤੇ ਹੁਣ ਜੀ ਇਹਨੂੰ ਆਪਾਂ ਫੋਲਡ ਕਰ ਲਿਆ ਤਰਪਾਲ ਨੂੰ ਤੇ ਹੁਣ ਮੈਂ ਨਾ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਦਾਂਗੀ ਇਹਨੂੰ ਕਾਊਂਟਰ ਦੇ ਵਿੱਚ ਨੀਚੇ ਲਿਜਾ ਕੇ ਤੇ ਇਹਨੂੰ ਬੰਨ ਦਾਂਗੀ ਇੱਕ ਪਲਾਸਟਿਕ ਦੀ ਰੱਸੀ ਨਾਲ ਹਉਂ ਜੀ ਸਬਜ਼ੀਆਂ ਵਗੈਰਾ ਲੈ ਕੇ نیچے ਆ ਗਈ ਸੀ ਰੱਖਤੀਆਂ ਨੇ ਫ੍ਰਿਜ ਦੇ ਵਿੱਚ ਤੇ ਹੁਣ ਆਪਾਂ ਸ਼ੁਰੂ ਕਰਦੇ ਨੇ ਆਪਣੇ ਬਾਕੀ ਦੇ ਜਿਹੜੇ ਰਹਿੰਦੇ ਕੰਮ ਸੀਗੇ ਤੇ ਹੁਣ ਮੈਂ ਜੀ ਝਾੜੂ ਵਗੈਰਾ ਸਾਰਾ ਅੰਦਰੋਂ ਦੀ ਲਾ ਲਿਆ ਕਮਰਿਆਂ ਦੇ ਵਿੱਚੋਂ ਸਾਰਾ ਰਸੋਈ ਰਸੂਈ ਚ ਝਾੜੂ ਲਗਾ ਲਿਆ ਤੇ ਹੁਣ ਇੱਥੋਂ ਮੈਂ ਬਰਾਂਡੇ ਦੇ ਵਿੱਚੋਂ ਧੋ ਦਾਂਗੀ ਕਿ ਹੁਣ ਮੌਸਮ ਹੋ ਗਿਆ ਚੇਂਜ ਤੇ ਹੁਣ ਆਪਾਂ ਧੋਇਆ ਕਰਾਂਗੇ ਮੋਜਾਂ ਨਾਲ ਕਿਉਂਕਿ ਹੁਣ ਸੁੱਕ ਜਾਂਦਾ ਹੈ ਨਾ ਫਟਾਫਟ ਪੱਖਾ-ਫੁੱਖਾ ਚਲਾ ਰਹੀ ਦਾ ਨਾਲ ਉਦਾਂ ਵੀ ਬਾਰੂ ਹਵਾ ਵਗੈਰਾ ਆ ਜਾਂਦੀ ਹੈ ਗੇਟ ਵੱਲੋਂ ਵੀ ਤੇ ਹੁਣ ਜੀ ਆਪਾਂ ਇੱਥੇ ਧੋ ਦਾਂਗੇ ਹੁਣ ਜੀ ਮੈਂ ਥੋੜੀ ਹੇਠੇ ਦੇ ਵੀ ਸਾਰੇ ਕੰਮ ਕਰ ਆਈਆਂ ਸਿਰਫ ਪੋਚਾ ਰਹਿ ਗਿਆ ਮੇਰਾ ਤੇ ਮੈਨੂੰ ਲੱਗ ਗਈ ਸੀ ਗਰਮੀ ਲੱਗਣ ਲੱਗੀ ਸੀ ਜ਼ਿਆਦਾ ਪਹਿਲਾਂ ਧੁੱਪੇ ਬਹਿ ਕੇ ਗਈ ਸੀ ਨਾ ਸਬਜ਼ੀਆਂ ਵਗੈਰਾ ਕੱਟ ਕੇ ਕੰਮ ਕਰਦੇ ਕਰਦੇ ਮੈਨੂੰ ਗਰਮੀ ਲੱਗਣ ਲੱਗੀ ਫਿਰ ਮੈਂ ਪਹਿਲਾਂ ਨਾਹਣ ਚਲੀ ਗਈ ਤੇ ਹੁਣ ਮੈਂ ਨਹਾ ਕੇ ਆਈਆਂ ਹੁਣ ਥੋੜੀ ਜੀ ਹਵਾ ਵੀ ਚੱਲਣ ਲੱਗ ਗਈ ਸੀਗੀ ਤੇ ਹੁਣ ਧੁੱਪੋਂ ਵਧੀਆ ਲੱਗ ਰਹੀ ਸੀ ਥੋੜੇ ਥੋੜੀ ਹਵਾ ਵੀ ਵਿੱਚ ਹੈਗੀ ਹੈ ਨਾ ਤੇ ਹੁਣ ਫਿਰ ਮੈਂ ਨਹਾ ਕੇ ਥੋੜਾ ਜਿਹਾ ਕੋਠੇ ਤੇ ਆ ਕੇ ਬਹਿ ਗਈ ਹਾਂ ਤੇ ਆਮ ਹੈ ਜੀ ਹਰੀਆਂ ਮਿਰਚਾਂ ਸੁੱਕਣੇ ਪਾਈਆਂ ਹੋਈਆਂ ਨੇ ਜਿਹੜੀਆਂ ਆਪਣੀ ਹਰੀ ਮਿਰਚਾਂ ਫ੍ਰਿਜ 'ਚ ਪਈ ਪਈਆਂ ਸੁੱਕ ਨਹੀਂ ਜਾਂਦੀਆਂ ਉਹ ਫਿਰ ਮੈਂ ਸੁਕਾ ਕੇ ਰੱਖ ਲਾਂਗੀ ਤੇ ਹੁਣ ਜੀ ਮੈਂ ਆ ਗਈਆਂ نیچے ਕਿਚਨ ਦੇ ਵਿੱਚ ਹੁਣ ਨਾਲ ਨਾਲ ਆਪਾਂ ਕਰਾਂਗੇ ਦੁਪਹਿਰ ਦੇ ਲੰਚ ਦੀ ਤਿਆਰੀ ਬਾਕੀ ਕੰਮ ਸਾਰਾ ਹੋ ਗਿਆ ਤੇ ਸਬਜੀ ਵਗੈਰਾ ਨੂੰ ਲਾ ਦਾਂਗੀ ਮੈਂ ਤੜਕਾ ਤੇ ਉਧਰ ਮੈਂ ਆਟਾ ਵੀ ਗੁੰਨ ਲਿਆ ਤੇ ਆਟੇ ਨੂੰ ਆਪਾਂ ਕੱਢ ਲਾਂਗੇ ਇੱਕ ਡੋਂਗੇਰੇ ਵਿੱਚ ਤੇ ਉਹ ਹੈਗਾ ਜੀ ਪੁਰਾਣਾ ਆਟਾ ਰਾਤ ਦਾ ਤੇ ਉਹਨੂੰ ਵੀ ਮੈਂ ਡੋਂਗੇਰੇ ਵਿੱਚ ਰੱਖ ਦਾਂਗੀ ਪਹਿਲਾਂ ਤਾਜ਼ਾ ਰੱਖ ਲਾਂਗੀ ਉੱਪਰ ਫਿਰ ਪੁਰਾਣਾ ਆਟਾ ਰੱਖ ਦਾਂਗੀ ਤੇ ਸਬਜ਼ੀ ਆਪਾਂ ਬ੍ਰੋਕਲੀ ਤੇ ਆਲੂ ਪਿਆਜ਼ ਕੱਟ ਕੇ ਧੋ ਲਏ ਨੇ ਤੇ ਉਧਰ ਕੜਾਈ ਦੇ ਵਿੱਚ ਮੈਂ ਤੜਕਾ ਸ਼ੁਰੂ ਕੀਤਾ ਹੈ ਭੁੰਨਾ ਲੋ ਜੀ ਤੜਕਾ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਸਬਜ਼ੀਆਂ ਪਾ ਦਨੇ ਆ ਕੜਾਈ 'ਚ ਤੇ ਅੱਧਰ ਆਪਣਾ ਆਟਾ ਵੀ ਗੁੰਨੇ ਆ ਗਿਆ ਸਬਜ਼ੀ ਵੀ ਆਪਾਂ ਧਰਤੀ ਐ ਤੇ ਆ ਆਪਣਾ ਡੌਗੀ ਮਠੀਆਂ ਖਾ ਕੇ ਹਟਿਆ ਬਹੁਤ ਸ਼ੌਕ ਨਾਲ ਖਾਲੰਦਾ ਮਠੀਆਂ ਤੇ ਸਬਜ਼ੀ ਨੂੰ ਹੁਣ ਆਪਾਂ ਟੱਕ ਕੇ ਰੱਖ ਦਨੇ ਆ ਤੇ ਹੁਣ ਜੀ ਆਪਣੀ ਸਬਜ਼ੀ ਵੀ ਬਣ ਗਈ ਐ ਤੇ ਕਿਚਨ ਦੇ ਸਾਰੇ ਕੰਮ ਟੋਟਲੀ ਹੋਏ ਪਏ ਨੇ ਤੇ ਬਸ ਆ ਪੋਚਾ ਰੰਦਾ ਸੀ ਕਮਰਿਆਂ 'ਚ ਤੇ ਬਰਾਂਡੇ 'ਚ ਲਾਉਣਾ ਤੇ ਆ ਪੋਚਾ ਵੀ ਹੁਣ ਮੈਂ ਲਾਉਣਾ ਸ਼ੁਰੂ ਕਰਤਾ ਬਸ ਪੋਚੇ ਤੋਂ ਬਾਅਦ ਫਿਰ ਆਪਾਂ ਬਿਲਕੁਲ ਬੇਲੇ ਆ ਤੇ ਬਸ ਆਪਣੇ ਫੁਲਕੇ ਰਹਿ ਜਾਣਗੇ ਫੁਲਕੇ ਆਪਾਂ ਉਦੋਂ ਹੀ ਲਾਵਾਂਗੇ ਜਦੋਂ ਆਪਾਂ ਨੂੰ ਭੁੱਖ ਹੋਊਗੀ ਰੋਟੀ ਖਾਣ ਦੀ ਤੇ ਫਿਰ ਆਪਾਂ ਹੁਣ ਚੱਲਾਂਗੇ ਕੋਠੇ ਤੇ ਮੌਸਮ ਜਦੋਂ ਵਧੀਆ ਹੁੰਦਾ ਹੈ ਨਾ ਤੇ ਫਿਰ ਸਾਰਾ ਕੁਝ ਬਹੁਤ ਵਧੀਆ ਵਧੀਆ ਲੱਗਦਾ ਹੈ ਤੇ ਹੁਣ ਜੀ ਆਪਾਂ 2:30 ਦਾ ਟਾਈਮ ਹੈ ਸਬਜੀ ਨੂੰ ਆਪਾਂ ਇੱਕ ਵਾਰੀ ਗਰਮ ਕਰ ਲੈਨੇ ਆ ਤੇ ਉਧਰ ਫੁਲਕੇ ਸ਼ੁਰੂ ਕਰਦੇ ਨੇ ਮੈਂ ਤੇ ਹੁਣ ਆਪਾਂ ਜੀ ਦੁਪਹਿਰ ਦੀ ਰੋਟੀ ਖਾਵਾਂਗੇ ਲਓ ਜੀ ਸਬਜੀ ਤੇ ਆਪਾਂ ਫੁਲਕੇ ਬਣਾ ਲਏ ਨੇ ਤੇ ਪਲੇਟ ਦੇ ਵਿੱਚ ਵੀ ਪਾਤੀ ਆ ਰੋਟੀ ਤੇ ਮੈਂ ਨਾਲ ਦੀ ਨਾਲ ਬਣਾ ਰਹੀ ਆ ਤੇ ਹੁਣ ਜੀ ਆਪਾਂ ਰੋਟੀ ਵਗੈਰਾ ਖਾ ਕੇ ਤੇ ਕੋਠੇ ਤੇ ਬੈਠੇ ਹੋਏ ਆਂ ਤੇ ਆ ਵੇਖੋ ਆਸਮਾਨ ਕਿੰਨਾ ਸਾਫ਼ ਹੈ ਕਿੰਨੀ ਸੋਹਣੀ ਧੁੱਪ ਹੈ ਤੇ ਆ ਗੱਦੀਆਂ ਜੀ ਆਪਾਂ ਸੁੱਕਣੇ ਪਾਈਆਂ ਹੋਈਆਂ ਨੇ ਸੋਫੇ ਦੀਆਂ ਗਿੱਲੀਆਂ ਸੀ ਤੇ ਆ ਆਸਮਾਨ ਵੀ ਕਿੰਨਾ ਸਾਫ਼ ਹੈ ਕਿੰਨੀ ਸੋਹਣੀ ਧੁੱਪ ਹੈ ਤੇ ਹੁਣ ਜੀ ਆਪਾਂ ਸ਼ਾਮ ਦਾ ਟਾਈਮ ਹੈ 5:00 ਵਜੇ ਦਾ ਤੇ ਹੁਣ ਹਵਾ ਵਗੈਰਾ ਚੱਲਣ ਲੱਗ ਗਈ ਸੀ ਥੋੜੀ ਠੰਡੀ ਸ਼ਾਮ ਦੀ ਤੇ ਫਿਰ ਵੈਸੇ ਵੀ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਫਿਰ ਥੱਲੇ ਹੋਰ ਵੀ ਕੰਮ ਦੇਖਣੇ ਸੀ ਆ ਕੇ ਤੇ ਹੁਣ ਜੀ ਮੈਂ ਸ਼ਾਮ ਦੀ ਤਿਆਰੀ ਕਰਦੀ ਪਈ ਆ ਇੱਧਰ ਆਪਾਂ ਦਾਲ ਧਰਤੀ ਹੈ ਕੁੱਕਰ ਦੇ ਵਿੱਚ ਨਾਲ ਨਾਲ ਸ਼ਾਮ ਦੇ ਖਾਣੇ ਦੀ ਤਿਆਰੀ ਕਰਾਂਗੇ ਆਪਾਂ ਤੇ ਦਾਲ ਨੂੰ ਆਪਾਂ ਹੰਜੀ ਟੱਕਣ ਲਗਾ ਕੇ ਤੇ ਰੱਖ ਦਿੰਨੇ ਆ ਸੀਟੀਆਂ ਵੱਜਣ ਵਾਸਤੇ ਕੁੱਕਰ ਨੂੰ ਤੇ ਅਦਰ ਤੜਕਾ ਵੀ ਕੱਟ ਕੇ ਮੈਂ ਰੱਖ ਲਿਆ ਧੋ ਕੇ ਤੇ ਬਾਕੀ ਹੋਰ ਵੀ ਛੋਟੇ-ਮੋਟੇ ਕੰਮ ਕਰ ਲਾਂਗੇ ਕਿਚਨ ਦੇ। ਅੰਦਰ ਲੂਣ ਦਾ ਡੱਬਾ ਧੋ ਕੇ ਰੱਖਿਆ ਹੋਇਆ ਸੀ ਮੈਂ। ਤੇ ਮੈਂ ਕਿਹਾ ਡੱਬਾ ਸੁੱਕ ਗਿਆ ਚਲੋ ਆਪਾਂ ਲੂਣ ਪਾ ਲਾਂ ਨੇ ਡੱਬੇ ਦੇ ਵਿੱਚ। ਤੇ ਆ ਡੌਗੀ ਦੇਖ ਲੋ ਸ਼ਾਮ ਨੂੰ ਨਾ ਹੁਣ। ਸੁੱਤਾ ਹੋਇਆ ਇੱਥੇ ਗੇਟ ਕੋਲ ਬੈਠਾ ਆ ਦੁਪਹਿਰ ਦਾ ਮਠੀਆਂ ਖਾ ਕੇ। ਤੇ ਹੁਣ ਇੱਥੇ ਆਰਾਮ ਕਰਦਾ ਪਿਆ। ਗੇਟ ਕੋਲ ਤੋਂ ਉੱਪ ਆ ਜਾਂਦੀ ਨਾ ਬਹੁਤ ਸੋਹਣੀ। ਤਤੂ ਪਏ ਬੈਠਾ ਉਹ ਵੀ ਧੋਪ ਸੇਕਦਾ ਪਿਆ ਲਓ ਜੀ ਆਪਾਂ ਲੂਣ ਪਾਤਾ ਡੱਬੇ ਦੇ ਵਿੱਚ ਤੇ ਇਧਰ ਮੈਜੀ 9:30 ਸਵਾ 9:30 ਦਾ ਟਾਈਮ ਆ ਵੇਖੋ ਤੇ ਰੋਟੀ ਵਗੈਰਾ ਤਾਂ ਹਲੇ ਅਸੀਂ ਨਹੀਂ ਖਾਧੀ ਹੈਗੀ ਭੁੱਖ ਨਹੀਂ ਸੀ ਹਲੇ ਤੇ ਅਦਰ ਮੈਂ ਦੂਰਦਰਸ਼ਨ ਤੇ ਸ਼ੋਅ ਆ ਰਿਹਾ ਸੀਗਾ ਮੈਂ ਉਹ ਦੇਖਦੀ ਪਈ ਸੀਗੀ ਤੇ ਹੁਣ ਜੀ ਆਪਾਂ ਰਾਤ ਦੇ ਖਾਣੇ ਦੀ ਆਪਣੀ ਹੋ ਗਈ ਹੈ ਤਿਆਰੀ ਦਾਲ ਨੂੰ ਤੜਕਾ ਵਗੈਰਾ ਲਗਾਤਾ ਹੈ ਤੇ ਹੁਣ ਆਪਾਂ ਪਾ ਦਨੇ ਆ ਥੋੜਾ ਜਿਹਾ ਹਰਾ ਧਨੀਆ ਤੈਨੂੰ ਥੋੜੀ ਜਿਹੀ ਗਰਮ ਕਰ ਲੈਣੇ ਆ ਦਾਲ ਨੂੰ ਦਾਲ ਥੋੜੀ ਜੀ ਨਾ ਪਤਲੀ ਸੀਗੀ ਤੇ ਪਾਣੀ ਸੁੱਕਿਆ ਨਹੀਂ ਸੀਗਾ ਤੇ ਇਸ ਕਰਕੇ ਮੈਂ ਕਹ ਇੱਕ ਦੋ ਬਾਲੇ ਦਿਵਾਲਾ ਨਹੀਂ ਆ ਨਾਲੇ ਤੜਕਾ ਵੀ ਮਿਕਸ ਹੋ ਜਾਊਗਾ ਤੇ ਨਾਲੇ ਥੋੜੀ ਦਾਲ ਗਾੜੀ ਹੋ ਜੂਗੀ ਤੇ ਆ ਵੇਖੋ ਨੇਰਾ ਹੋਇਆ ਪਰ ਰਾਤ ਦਾ ਟਾਈਮ ਹੈ ਪੂਰਾ ਤੇ ਨਾਲ ਆਪਾਂ ਚੋਲ ਬਣਾ ਲੈ ਆਪਾਂ ਦੋ ਹੀ ਜਣੇ ਸੀਗੇ ਅੱਜ ਘਰੇ ਰੋਟੀ ਖਾਣ ਵਾਸਤੇ ਮੈਂ ਤੇ ਜੁਵਰਾਜ ਤੇ ਫਿਰ ਮੈਂ ਕਹ ਚਲੋ ਆਪਾਂ ਚੋਲ ਹੀ ਬਣਾ ਲੈਂਦੇ ਆ ਦਾਲ ਦੇ ਨਾਲ ਦੋ ਜਣੇ ਤਾਂ ਹੈਗੇ ਆ ਆਪਾਂ ਤੇ ਲੋ ਜੀ ਆਪਾਂ ਗਰਮ ਗਰਮ ਚੋਲ ਸਲਾਦ ਤੇ ਦਾਲ ਤੇ ਜੇ ਫਿਰ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਮੇਰਾ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓਸ ਤੇ ਮੇਰੀ ਰੈਸਪੀਸ